Hello. Welcome back DuBro channel guys. ਗੱਲ ਹੋਣੀ ਨਹੀਂ ਰਾਸਤੇ ਵਿੱਚ ਜਾਂਦੇ ਜਾਂਦੇ ਤਾਂ ਕਰਕੇ ਮੈਂ ਕਿਹਾ ਗੱਡੀ ਸਟਾਪ ਕਰਕੇ ਪਾਰਕਿੰਗ ਦੇ ਵਿੱਚ ਲਾ ਕੇ ਪ੍ਰੋਪਰ ਤੇ ਵਲੌਗ ਦੀ ਸਟਾਰਟਿੰਗ ਕੀਤੀ ਜਾਵੇ। ਮੈਂ ਜਾ ਰਿਹਾ ਹੁਣ ਦੁਬਈ 에어ਪੋਰਟ ਟਰਮੀਨਲ 2। ਛੋਟਾ ਆ ਰਿਹਾ, ਉਹਦੇ 10-15 ਦਿਨ ਪੂਰੇ ਹੋ ਗਏ ਜਿਹੜੇ ਉਹਨੇ ਉੱਥੇ ਲਾਉਣੇ ਸੀ। ਸਹੀ ਹੈ, ਕਿੰਨੇ ਦਿਨ ਲਈ ਗਿਆ ਸੀ? 10-12 ਦਿਨ ਲਈ ਗਿਆ ਸੀਗਾ। ਕੁਛ ਉਹਨੇ ਵਿਆਹ ਅਟੈਂਡ ਕਰਨਾ ਸੀ, ਦੱਸਿਆ ਸੀ ਪ੍ਰੀਵੀਅਸ ਵਲੌਗ ਦੇ ਵਿੱਚ, ਦੱਸਿਆ ਸੀਗਾ ਸਾਰਾ ਕੁਛ। ਨਾਓ ਆਈ ਐਮ ਗੋਇੰਗ ਟੂ ਰਿਸੀਵ ਹਿਮ। ਔਰ ਸਪੈਸ਼ਲ ਗੱਲ ਇਹ ਆ ਕਿ ਬਾਈ ਜੀ ਅੱਜ ਛੋਟੇ ਨੇ ਤਾਂ ਆਉਣਾ ਹੀ ਆਉਣਾ ਵਾ ਨਾਲ, ਲੇਕਿਨ ਸਪੈਸ਼ਲ ਗੱਲ ਇਹ ਆ ਕਿ ਮੰਮੀ ਵੀ ਨਾਲ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਿਸੀਵ ਕਰਨਾ ਵਾ। ਇਸ ਕਰਕੇ ਥੋੜ੍ਹਾ ਜਿਹਾ ਦਿਲ ਨਹੀਂ, ਬਹੁਤ ਜ਼ਿਆਦਾ ਦਿਲ ਮੇਰਾ ਖੁਸ਼ ਆ, ਅਤੇ ਕਿਉਂਕਿ ਰਸਤੇ 'ਚ ਗੱਲ ਹੋਣੀ ਨਹੀਂ ਇਸ ਕਰਕੇ ਔਨ ਦਾ ਵੇ। ਹੁਣ ਮੈਂ ਕੈਮਰਾ ਬੰਦ ਕਰਾਂਗਾ, ਡਰਾਈਵ ਕਰਦੇ ਟਾਈਮ ਮੈਂ ਵਲੌਗ ਨਹੀਂ ਕਰ ਸਕਦਾ, ਯੂ ਨੋ, ਡਰਾਈਵ ਕਰੂੰਗਾ ਅਤੇ ਜਾਂ ਵਲੌਗ ਬਣਾਊਂਗਾ, ਇੱਕ ਹੀ ਗੱਲ ਹੋਊਗੀ, ਹੈ ਨਾ। ਇਸ ਕਰਕੇ ਡਾਇਰੈਕਟ ਮਿਲਦੇ ਹਾਂ ਦੁਬਈ, ਠੀਕ ਹੈ। ਫਸਟ ਤੁਹਾਨੂੰ ਪਤਾ ਮੇਰੀ ਸ਼ਕਲ ਦੇਖੋ, ਇਹ ਪਿਛਲੇ ਆਈ ਥਿੰਕ 4 ਹਫ਼ਤਿਆਂ ਤੋਂ ਮੈਂ ਕਟਿੰਗ ਸ਼ਟਿੰਗ ਗਰੂਮਿੰਗ ਕੁਛ ਨਹੀਂ ਕਰਵਾਇਆ, ਹੈ ਨਾ, ਅਤੇ ਜੰਗਲੀ ਬਣਿਆ ਵਾ, ਜੰਗਲੀ, ਹੈ ਨਾ, ਜੰਗਲੀ। ਘਰ ਤਾਂ ਮੈਨੂੰ ਇਹੀ ਕਹਿੰਦੇ ਵੀ ਤੂੰ ਜੰਗਲੀ ਬਣ ਰਿਹਾ ਕਿਉਂ, ਤੇ ਅੱਜ ਪਹਿਲਾਂ ਜਾਵਾਂਗੇ ਸਲੂਨ, ਦੈਨ ਦੁਬਈ 에어ਪੋਰਟ। ਓਕੇ ਗਾਇਜ, ਮਿਲਦੇ ਆ ਦੁਬਈ ਅਲਫਾ ਜ਼ੋਨ ਸਲੂਨ ਤੇ ਬਾਬਾ। ਚਲਦੇ ਚਲਦੇ ਫੀਲ ਹੋਇਆ ਕਿ ਟਾਇਰਾਂ 'ਚ ਹਵਾ ਘੱਟ ਲੱਗਦੀ ਹੈ ਕਾਰ ਦੇ, ਤੇ ਥੋੜ੍ਹਾ ਇਹਨਾਂ ਨੂੰ ਵੀ ਫੁੱਲ ਕਰ ਲਈਏ। ਮੈਸੇਜ ਆ ਗਿਆ ਵਟਸਐਪ 'ਤੇ ਛੋਟੇ ਦਾ, ਐਵਰੀਥਿੰਗ ਇਜ਼ ਕਲੀਅਰ, ਦੇ ਆਰ ਵੇਟਿੰਗ ਫੋਰ ਫਲਾਈਟ, ਔਰ ਅਪਰੋਕਸ ਉਹ 5:30 ਤੱਕ ਇੱਥੇ ਮੇਰੇ ਕੋਲ ਪਹੁੰਚ ਜਾਣਗੇ, ਔਰ 6 ਵਜੇ ਦੇ ਤਕਰੀਬਨ ਆਸ ਪਾਸ ਉਹ ਬਾਹਰ ਆ ਜਾਣਗੇ 에어ਪੋਰਟ ਤੋਂ, ਅਤੇ ਮੇਰੇ ਕੋਲ ਹੈਗਾ ਫੁੱਲ ਡੇ। ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਸੀ ਤਾਂ ਕਰਕੇ ਆਉਣਾ ਸੀ, ਟਾਇਰਾਂ 'ਚ ਹਵਾ ਫੁੱਲ ਕਰਕੇ ਫਿਰ ਚੱਲਦੇ ਹਾਂ ਦੁਬਈ। ਓਕੇ, ਜਦੋਂ ਤੱਕ ਆਪਾਂ ਦੁਬਈ ਜਾ ਰਹੇ ਹਾਂ ਉਦੋਂ ਤੱਕ ਤੁਸੀਂ ਇੰਜੋਏ ਕਰੋ ਛੋਟੇ ਦੀਆਂ ਫੁਟੇਜ। ਓਕੇ, ਚਲੋ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਮ੍ਰਿਤਸਰ 에어ਪੋਰਟ 'ਤੇ। ਕਿਵੇਂ ਹੋ ਸਾਰੇ? ਅਸੀਂ ਐਂਟਰ ਹੋ ਗਏ ਹਾਂ, ਜਾ ਰਹੇ ਹਾਂ ਵਾਪਸ ਦੁਬਈ, ਅਤੇ ਇਸ ਵਾਰ ਮੈਂ ਇਕੱਲਾ ਨਹੀਂ ਜਾ ਰਿਹਾ, ਮੰਮੀ ਨੂੰ ਨਾਲ ਲੈ ਕੇ ਜਾ ਰਿਹਾ ਹਾਂ। ਮੰਮੀ, ਕਿਵੇਂ ਲੱਗ ਰਿਹਾ? ਵਧੀਆ ਲੱਗਦਾ। ਚੱਲੀਏ, ਠੀਕ ਆ, ਅੱਗੇ ਦੇਖਦੇ ਹਾਂ, ਵੇਟ ਵੂਟ ਵੀ ਚੈੱਕ ਕਰਨਾ ਹਜੇ। ਲੈਟਸ ਸੀ, ਲਾਈਨ ਲੱਗੀ ਆ ਬੋਰਡਿੰਗ ਪਾਸ ਲਈ, ਇੱਦੋਂ ਅੱਜ ਮਾਤਾ ਨੂੰ ਲੈ ਕੇ ਚੱਲਾਂਗੇ ਫਿਰ ਅੱਜ। ਵਧੀਆ, ਮੈਂ ਇਕੱਲਾ ਨਹੀਂ ਗਾ, ਨਹੀਂ ਬੋਰ ਹੋ ਜਾਂਦਾ, ਮੰਮੀ ਨੇ ਬਹੁਤ ਗੱਲਾਂ ਸੁਣਾਉਣੀਆਂ ਮੈਨੂੰ ਫਲਾਈਟ ਦੇ ਵਿੱਚ। ਹਾਂ ਮੰਮੀ, ਕਿਹਨੂੰ ਮੈਣਾ ਜਾ ਕੇ ਪਹਿਲਾਂ ਕਿਹਨੂੰ ਮੈਣਾ ਜਾ? ਉਹ ਜੀ, ਇਮੀਗ੍ਰੇਸ਼ਨ ਵਗੈਰਾ ਸਭ ਕੁਛ ਡਨ ਹੈ। ਇਹ ਰਿਹਾ ਸਾਡਾ ਅੰਮ੍ਰਿਤਸਰ ਦਾ 에어ਪੋਰਟ, ਅਤੇ ਆ ਰਹੀ ਮੰਮੀ। ਇਕੱਲੀ ਬਿਠਾ ਕੇ ਆਇਆ ਕਿਉਂਕਿ ਮੰਮੀ ਲਈ ਮੈਂ ਕੌਫੀ ਲੈਣ ਆਇਆ, ਅਤੇ ਕੌਫੀ ਮੰਮੀ ਨੂੰ ਭੁੱਖ ਵੀ ਲੱਗੀ ਸੀ ਥੋੜ੍ਹੀ। ਇਹ ਸਾਡਾ ਅੰਮ੍ਰਿਤਸਰ ਦਾ 에어ਪੋਰਟ ਹੈ, ਬਹੁਤ ਵਧੀਆ ਬਣਾਤਾ ਪਹਿਲਾਂ ਨਾਲੋਂ, ਸਰਵਿਸ ਵੀ ਥੋੜ੍ਹੀ ਅੱਛੀ ਹੋ ਗਈ, ਅਤੇ ਚਾਏ ਫੈਕਟਰੀ 'ਤੇ ਰੁਕਿਆ ਵਧੀਆ। ਅੱਜ ਮੈਂ ਇਕੱਲਾ ਨਹੀਂ ਗਾ, ਨਹੀਂ ਇਕੱਲੇ ਨੂੰ ਵੇਟ ਕਰਨਾ ਬਹੁਤ ਔਖਾ ਹੁੰਦਾ ਵਾ, ਅੱਜ ਮੰਮੀ ਨਾਲ ਆ, ਟਾਈਮ ਪਾਸ ਹੋ ਰਿਹਾ। ਮੰਮੀ ਕੁਛ ਬੋਲਣਾ ਬਾਈ ਲਈ? ਕੁਛ ਚਲੋ ਬਈ, ਬਾਏ ਬਾਏ ਇੰਡੀਆ, ਪੰਜਾਬ ਜਾ ਰਹੇ ਹਾਂ ਵਾਪਸ ਕੰਮ 'ਤੇ, ਹੁਣ ਬੈਕ ਟੂ ਵਰਕ ਲੈਣ ਲੱਗ ਗਈ ਹੋਈ ਆ, ਫਲੈਟ ਨੂੰ ਜਾ ਰਹੇ ਹਾਂ। ਮਿਲਦੇ ਹਾਂ ਹੁਣ ਦੁਬਈ ਦੀ ਫੈਮਿਲੀ ਨੂੰ, ਦੁਬਈ ਦੇ ਯਾਰਾਂ ਮਿੱਤਰਾਂ ਨੂੰ, ਵਿਧ ਮੰਮੀ। ਸੋ ਬਾਈ ਜਾ ਰਹੇ ਹਾਂ, ਮੰਮੀ ਖੁਸ਼ ਆ, ਸਪੈਸ਼ਲੀ ਫੋਰ ਆਪੂ, ਆਪੂ ਨੂੰ ਮਿਲਣ ਜਾ ਰਹੀ ਆ, ਅਤੇ ਬਸ ਪਹੁੰਚ ਗਏ। ਉਹ ਖੜ੍ਹਾ ਆਪਣਾ ਜਹਾਜ਼, ਮੈਂ ਕਿਹਾ ਸਟਾਰਟ ਕਰਕੇ ਰੱਖੋ, ਠੰਡਾ ਕਰੋ ਏਸੀ ਲਾ ਕੇ, ਤੂੰ ਲਾਇਆ ਹੋਇਆ ਉਹਨਾਂ ਨੇ। ਮੈਂ ਚਾਹੁੰਦਾ ਸੀ ਮੰਮੀ ਨੂੰ ਵਿੰਡੋ ਸੀਟ ਮਿਲੇ, ਬਟ ਵਿੰਡੋ ਸੀਟ ਮਿਲੀ ਨਹੀਂ, ਅਤੇ ਮੰਮੀ ਨੂੰ ਇੱਥੇ ਬਿਠਾ ਲੈਣਾ, ਬਚਾ ਲਓ, ਵਿੰਡੋ ਦੂਰ ਨਹੀਂ ਗਈ, ਉੱਥੋਂ ਦੇਖ ਲੈਣਾ।
ਤੇ ਸਾਨੂੰ ਮੀਲ ਮਿਲੀ ਆ ਮੈਨੂੰ ਤਾਂ ਇਹ ਜੀ ਕੌਫੀ ਮੈਂ ਆਪ ਬਣਾਈ ਹੈ ਨਾ ਮੈਨੂੰ ਉੱਦਾਂ ਦੀ ਦਿੱਤੀ ਆ ਮੰਮੀ ਨੂੰ ਦੇਖ ਕੇ ਉਹਨੇ ਸਪੈਸ਼ਲ ਅੰਦਰ ਦੌਕੇ ਬਣਾ ਕੇ ਦਿੱਤੀ ਬੜੀ ਹੱਥ ਚਾਹ ਬਣਾ ਕੇ ਦਿੱਤੀ ਕੋਖਿਆ ਬਣਾਈ ਆ ਮੰਮੀ ਨੇ ਇੱਥੇ ਪਲਾਨ ਥੋੜ੍ਹਾ ਜਿਹਾ ਚੇਂਜ ਹੋ ਰਿਹਾ ਜਾਣਾ ਸੀਗਾ ਸੈਲੂਨ ਠੀਕ ਹੈ ਗੱਡੀ 'ਚੋਂ ਬੈਗ ਬੁੱਕ ਕੱਢਣ ਲੱਗਿਆ ਸੀ ਮੈਂ ਆਲਰੇਡੀ ਕੱਢ ਲਿਆ ਸੈਲੂਨ ਜਾਣ ਲੱਗਿਆ ਸੀਗਾ ਸ਼ਹਿਰੀ ਦੀ ਕਾਲ ਆਈ ਉਹਦਾ ਐਗਜ਼ਾਮ ਸੀਗਾ ਆਇਲਸ ਦਾ ਐਗਜ਼ਾਮ ਸੀਗਾ ਉਹਨੂੰ ਟਾਈਮਿੰਗ ਸੀਗੀ 5:30 ਤੱਕ ਕੰਪਲੀਟ ਹੋਊਗਾ ਸ਼ਾਮ ਨੂੰ ਜਾ ਕੇ ਵਿਹਲਾ ਹੋਊਗਾ ਲੇਕਿਨ ਉਹ ਹੋ ਗਿਆ ਵਿਹਲਾ ਜਲਦੀ ਅਤੇ ਹੁਣ ਆਪਾਂ ਜਾ ਰਹੇ ਹਾਂ ਉਹਨੂੰ ਲੈਣ ਠੀਕ ਹੈ ਅਤੇ ਮਿਲਦੇ ਹਾਂ ਫਿਰ ਅਮੈਰੀਕਨ ਕਾਲਜ ਆਫ ਦੁਬਈ ਬਾਬਾ ਅਮੈਰੀਕਨ ਕਾਲਜ ਆਫ ਦੁਬਈ ਰੀਚ ਕਰ ਗਿਆ ਬੜੀ ਮੁਸ਼ਕਿਲ ਨਾਲ ਰਾਸਤੇ ਲੱਭ ਲੱਭ ਕੇ ਉਹ ਵੀ ਪਹਿਲੀ ਵਾਰ ਇਕੱਲੇ ਨੇ ਅਤੇ ਸ਼ਹਿਰੀ ਨੂੰ ਪਿੱਕ ਕਰਦੇ ਹਾਂ ਆ ਜਾਓ ਨਾਲ ਕੰਮ ਓ ਸ਼ਹਿਰੀ ਨੂੰ ਪਿੱਕ ਕਰ ਲਿਆ ਬੜੀ ਮੁਸ਼ਕਿਲ ਨਾਲ ਪਹਿਲੀ ਵਾਰ ਰਾਹ ਲੱਭ ਕੇ ਠੀਕ ਹੈ ਬਾਈ ਜੀ ਅਲਫਾ ਜ਼ੋਨ ਸਲੂਨ ਜੰਗਲੀ ਇਨਸਾਨ ਤੋਂ ਹੁਣ ਬਣਨ ਜਾ ਰਿਹਾ ਸੀ ਪ੍ਰੋਪਰ ਇਨਸਾਨ ਓਕੇ ਹੁਣ ਮਿਲਦੇ ਹਾਂ ਤੁਹਾਨੂੰ ਸਾਡੀ ਗਰੂਮਿੰਗ ਦੇ ਦੌਰਾਨ ਚੰਗਾ ਇੱਕ ਵਾਰੀ ਫਿਰ ਜੰਗਲੀ ਤੋਂ ਇਨਸਾਨ ਬਣ ਚੁੱਕਿਆ ਮੈਂ ਟਾਈਮ ਹੋ ਗਿਆ ਮੰਮੀ ਦੇ ਆਉਣ ਦਾ ਏਅਰਪੋਰਟ 'ਤੇ ਟਰਮੀਨਲ 2 ਔਰ ਹੁਣ ਜਾ ਰਿਹਾ ਜੀ ਟਰਮੀਨਲ 2 'ਤੇ ਦੁਬਈ ਟਰਮੀਨਲ 2 DXB ਇੰਟਰਨੈਸ਼ਨਲ ਏਅਰਪੋਰਟ ਲੈਟਸ ਸੀ ਜਲਦੀ ਮਿਲਦੇ ਹਾਂ ਫਿਰ ਉਹਨਾਂ ਨੂੰ ਔਰ ਰਿਸੀਵ ਕਰਦੇ ਹਾਂ ਰਿਸੀਵ ਕਰਕੇ ਫਿਰ ਚੱਲਦੇ ਹਾਂ ਆਪਾਂ ਪਾਲਾਈਨ ਓਕੇ ਟਰਮੀਨਲ 2 'ਤੇ ਆ ਗਏ ਹਾਂ ਵੇਟ ਕਰਦੇ ਹਾਂ ਮੰਮੀ ਦਾ ਅਤੇ ਛੋਟੇ ਭਰਾ ਦਾ ਪਾਰਕਿੰਗ ਦੇ ਵਿੱਚ ਗੱਡੀ ਲਾ ਦਿੱਤੀ ਆ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਪੈਸੈਂਜਰ ਸਾਰੇ ਨੇ ਫਲਾਈਟ ਆਲਰੇਡੀ ਆ ਚੁੱਕੀ ਆ ਚਲੋ ਦੇਖਦੇ ਹਾਂ ਫਿਰ ਰਿਸੀਵ ਕਰ ਲਈਆ ਸੀ ਸਾਡੀ ਅੰਮੀ ਲਗਾਉਂ ਗਈ ਸੀਗੀ ਅਸੀਂ ਰਿਸੀਵ ਕਰ ਲਿਆ ਤੇ ਆ ਇਹਨੂੰ ਮਿਲੋ ਫਿਰ ਫਿਰ ਅਸੀਂ ਵਾਪਸ ਹੋਰ ਕੀ ਫਿਰ ਅਸੀਂ ਸਾਡੇ ਕੀੜੇ ਉੱਠ ਕੱਢਦੇ ਕੀੜੇ ਵਾਲੇ ਮੰਮੀ ਡਰਦੀ ਆ ਸਾਡੀ ਬੀਬੀ ਡਰਦੀ ਆ ਪੱਕੇ ਬਈ ਕਿੱਦਾਂ ਗਏ ਫਿਰ ਦਿਨ ਤੇਰੇ ਬਸ ਚ ਬਹਿ ਕੇ ਆਇਆ ਮੇਰੇ ਲਈ ਇਹਨੇ ਲਿਆ ਨੀ ਦੇਖ ਕੇ ਇਹ ਵੀ ਮੇਰੇ ਲਈ ਦੋ ਗਿਫਟ ਮੈਨੂੰ ਆਉਂਦੇ ਨੂੰ ਅਮੀ ਕਿੱਦਾਂ ਰਿਹਾ ਸਫ਼ਰ ਫਿਰ ਜਮਾ ਨੀ ਪਤਾ ਲੱਗਿਆ ਸੀ ਕਹਿੰਦੇ ਤੁਸੀਂ ਨਾ ਨਾ ਮੈਂ ਥੱਕੀ ਨਾ ਹੰਬੀ ਤੇ ਨਾ ਸਲੀ ਮੈਨੇ ਇੰਤਜ਼ਾਰ ਵੀ ਨਹੀਂ ਕਰਾਇਆ ਸਾਡੇ ਕੋਲ ਪੂਰਾ ਟਾਈਮ ਹੋਇਆ ਸਾਰੇ ਜਦੋਂ ਅਸੀਂ
ਮਤਲਬ ਜੇ ਤਾਂ ਫਟ ਕਹਿੰਦੇ ਵੀ ਉੱਥੇ ਜਾ ਬਈ ਆ ਪਾਰਕਿੰਗ ਚ ਲੱਗੀ ਆ ਸਾਹਮਣੇ ਦੀ ਉੱਥੇ ਹਾਂ ਉੱਥੇ ਗਏ ਤਾਂ ਦਵਾਦਾਬ ਉੱਥੇ 2 ਮਿੰਟ ਕਹਿੰਦਾ ਕੁਛ ਖਾਣਾ ਮੈਂ ਚੱਲ ਖਾ ਲਾ ਹਾਂ ਅਸੀਂ ਉਹ ਕਾਫੀ ਪੀ ਕੇ ਹਾਂ ਤੇ ਦਵਾਦਾਬ ਫਿਰ ਉਹਨਾਂ ਨੇ ਬੋਲਤਾ ਆ ਜਾਓ ਆ ਜਾਓ ਇੱਧਰ ਆ ਜਾਓ ਇਹ ਅਸੀਂ ਸਿੱਧੇ ਜਹਾਜ਼ ਦੇ ਅੰਦਰ ਅੱਛਾ ਫਿਰ ਮਤਲਬ ਵਧੀਆ ਸਫ਼ਰ ਲੰਘ ਗਿਆ ਹੈ ਬਹੁਤ ਵਧੀਆ ਫਿਰ ਕਿੰਨੇ ਸਾਲਾਂ ਬਾਅਦ ਆਈ ਉਮਾ ਮੈਂ ਆਈ ਹਾਂ 5 ਸਾਲ ਬਾਅਦ 5 ਸਾਲ ਬਾਅਦ ਹੈ ਨਾ ਹਾਂ 5 ਸਾਲ ਬਾਅਦ ਆਈ ਤੇ ਫਿਰ ਮੈਂ ਅਸੀਂ ਕੀ ਕੀਤਾ ਫਿਰ ਨਾ ਉਹਦੇ ਚ ਅਸੀਂ ਸ਼ਿਪ ਦੇਖੇ ਮੈਂ ਕਹਿੰਦਾ ਸੀ ਤਾਂ ਸਰੀਰ ਥੱਲੇ ਉਤਾਰੀ ਜਾਂਦਾ ਸਮੁੰਦਰ ਦੇ ਉੱਤੇ ਉਤਾਰੀ ਜਾਂਦਾ ਮੈਂ 10 ਸ਼ਿਪ ਗਿਣਲੇ ਮੈਂ ਸਰੀਰੇ ਤਾਂ ਜਹਾਜ਼ ਥੱਲੇ ਲਾਈ ਜਾਂਦਾ ਜਿਵੇਂ ਕਹਿੰਦਾ ਤੂੰ ਬੇਫਿਕਰ ਆ ਤੈਨੂੰ ਉੱਥੇ ਨਹੀਂ ਉਹ ਕਿਨਾਰਾ ਵੀ ਦਿਸ ਗਿਆ ਮੈਨੂੰ ਉਹਦਾ ਜਦੋਂ ਉਹ ਕਿਨਾਰਾ ਦਿਸਿਆ ਮੈਂ ਸ੍ਰੀ ਹੁਣ ਸਮੁੰਦਰ ਮੁੱਕ ਗਿਆ ਹਾਂ ਜਨੂ ਅਸੀਂ ਉਤਰੇ ਥੱਲੇ ਜਨ ਫਿਰ ਉਤਰੇ ਹਾਂ ਵਾਲੀ ਹੱਤ ਪਤਲੀ ਹੋ ਗਈ ਮੈਂ ਹੁਣ ਤੈਨੂੰ ਮੋਟੀ ਕਰਨਾ ਆਉਣਾ ਸੀ ਕੋਈ ਨਾ ਮੈਂ ਪਤਲੀ ਠੀਕ ਹਾਂ ਹੋ ਜਾਣਾ ਮੈਂ ਆਪੇ ਹੀ ਹੋ ਜਾਣਾ ਚੱਲ ਠੀਕ ਆ ਆਪੇ ਹੀ ਹੋ ਜਾਣਾ ਆਪੇ ਹੀ ਆਪ ਹੀ ਰੱਖੋ ਜਿਹੜੇ ਜਿਹੜੇ ਆਏ ਨੇ ਆਹ ਵੇ ਰੱਖੇ ਹੀ ਕੰਮ ਨੂੰ ਵੀ ਸਾਰਾ ਕੰਮ ਹੀ ਕਰਦਾ ਇੱਥੇ ਵੀ ਆ ਗਿਆ ਦੋਨੇ ਆਪਾਂ ਛੋਟਾ ਭਰਾ ਤੇ ਅੰਮੀ ਨੂੰ ਕਰ ਲਿਆ ਰਸੀਵ ਹੁਣ ਚੱਲਿਆ ਲੈਣ ਸਿੱਧਾ ਘਰੇ ਜਾਣਾ ਸਿੱਧਾ ਘਰੇ ਜਾਣਾ ਕਿਉਂ ਘਰੇ ਜਾਣਾ ਘਰਾਂ ਨੇ ਚੱਲਾਂ ਘਰੇ ਮੰਮੀ ਨੇ ਮਿਲਣਾ ਆਪਾਂ ਨੂੰ ਫੈਮਿਲੀ ਨੂੰ ਬਾਕੀ ਨੂੰ ਦੇ ਆਰ ਵੇਟਿੰਗ ਸਹੀ ਗੱਲ ਆ ਚੱਲੀਏ ਫਿਰ ਹੁਣ ਚੱਲੀਏ ਫਿਰ ਚਲੋ ਮਿਲਦੇ ਹਾਂ ਫਿਰ ਆ ਲੈਣ ਬਾਏ ਬਾਏ